हाँ जी बाबा जी, आज दे डेरे बारे सानू विस्तार से दस्यो कि बाबा जी कदों आए। वाहिगुरू जी का खालसा, वाहिगुरू जी की फतेह। महाराज साहब बाबा जी बिरसा सिंह जी जदों छोटी उम्र विच सन, अजे मेरे ख्याल माड़ी माड़ी दाढ़ी फुटती से, उदों तो लैके इन्हां नूं ना कोई इन्हां ने गुरु धारण नहीं किया, कोई कुछ नहीं किया। अंदरों ही विजन होया कि दाता आया जा, साहब आया जा, प्यार आ जा। अंदरों वराग नाल इन्हां ने शब्द लाई जाने, तो सगों कई जने घर दे आखना नहीं जी बाहर निकल काम कर, पर काम कुछ नहीं सी। काम वाले मन तां करे जी उदो हर वेले उहदे लिब लगी रहिंदी सी। फिर जदों साडे पिता जी ज्ञानी साहब ये जदों आए, तो इन्हां दे बजुर्ग कहिंदे आ लियाओ अपना आए ने भरा आया, भरा आया बरा साडी बरादरी विचों भरा लग साडे भरा लगदे, तो इन्हां दा चाचा ही लगदे महाराज साहब बाबा बिरसा सिंह जी। तो पहली बार चाह पिया, चाह पियो सरावां बोतलां दी गल। उदों बाद फिर चंडीगढ़ चले गए। मैं शॉर्ट जहा दसना, बड़ी लंबियां कहानियां लुकी तां पिछे उहदी करा मात नूं सलाम हुंदी, सारी कृपा उहदी हुंदी है। इत्थे फिर आए जदों अज दा गोबिंद सदन, पहले दिल्ली रह गए शीशे दे घर, इत्थे वेख्या पहाड़ियां ही पहाड़ियां गए सी। 1967 ਦੇ ਵਿੱਚ ਇੱਥੇ ਆਏ, ਜਦੋਂ ਇੱਥੇ ਆਏ ਅੱਜ ਕਹਿੰਦੇ ਇੱਥੇ ਤਾਂ ਅੱਜ ਤੱਕ ਦਰਖਤ ਲੱਭਣ ਲੱਗਿਆ, ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਨੱਚ ਰਿਹਾ ਸੀ। ਫਿਰ ਸੰਗਤ ਵਿੱਚ ਕਿਸੇ ਨੇ ਕਿਹਾ ਵੀ ਇਹਦਾ ਨਾਂ ਆਪਾਂ ਗੋਬਿੰਦ ਸਦਨ ਦਾ ਨਾਂ ਤਾਂ ਰੱਖਿਆ ਸੀ ਗੋਬਿੰਦ ਸਦਨ। ਇੱਥੇ ਫਿਰ ਬਾਬਾ ਸ਼੍ਰੀ ਚੰਦ ਜੀ ਦਾ ਜਿਵੇਂ ਪ੍ਰਗਟ ਹੋਏ, ਅਤੇ ਬਾਬਾ ਸ਼੍ਰੀ ਚੰਦ ਜੀ ਦਾ ਇੱਥੇ ਪਹਿਲਾਂ 1968 ਵਿੱਚ ਆਪਾਂ ਸਥਾਪਿਤ ਕੀਤਾ, ਹਵਨ ਕਰਿਆ, ਫਿਰ ਮੂਰਤੀ ਸਥਾਪਿਤ ਕੀਤੀ, ਗੁਰੂ ਗ੍ਰੰਥ ਸਾਹਿਬ ਕੀਤਾ। ਬਾਬਾ ਬਿਰਸਾ ਸਿੰਘ ਮਹਾਰਾਜ ਜੀ ਦਾ ਮਿਸ਼ਨ ਗੁਰੂ ਨਾਨਕ ਸਾਹਿਬ ਵਾਲਾ ਮਿਸ਼ਨ ਸੀ, ਜਿਵੇਂ ਸਭੇ ਵਾਰਸ ਦਾ ਕੋਈ ਨਾ ਦਿਸੇ ਬਹਿਰਾ ਜੀ। ਮਹਾਰਾਜ ਸਾਹਿਬ ਬਾਬਾ ਬਿਰਸਾ ਸਿੰਘ ਉਹ ਇਹ ਨਹੀਂ ਸੀ ਵੀ ਕਿ ਸਿੱਖਾਂ ਦੇ ਸਨ, ਕਿ ਮੁਸਲਮਾਨਾਂ ਦੇ ਸਨ, ਕਿ ਹਿੰਦੂਆਂ ਦੇ ਸਨ। ਉਹ ਜੋ ਉਹਨਾਂ ਨੇ ਕੀਤਾ ਕੰਮ, ਉਹ ਪ੍ਰੈਕਟੀਕਲ ਕਰਕੇ ਵਿਖਾਇਆ। ਆਪਾਂ ਉੱਤੋਂ ਉੱਤਰਨ ਸਭੇ ਧਰਮ ਸਾਂਝੇ ਨੇ, ਉਹਨਾਂ ਨੇ ਪ੍ਰੈਕਟੀਕਲ ਕਰਕੇ ਵਿਖਾਇਆ। ਜੇ ਜੀਜਸ ਸਾਹਿਬ ਦਾ ਇੱਥੇ ਸਟੈਚੂ ਕੀਤਾ, ਜੀਜਸ ਸਾਹਿਬ ਉੱਥੇ ਡੇਰੀ ਸੀ, ਅਤੇ ਰੂੜੀਆਂ ਦੇ ਵਿੱਚ ਬਲੈਸਟ ਕਰਦੇ ਪੈਣੇ। ਅਤੇ ਉਦੋਂ ਬਾਅਦ ਫਿਰ ਮੰਮਾ ਸਾਹਿਬ ਕਹਿੰਦੇ ਮੇਰਾ ਸਥਾਨ ਨਹੀਂ ਬਣਾ, ਮੰਮਾ ਸਾਹਿਬ ਦਾ ਵਿਜ਼ਨ ਵਿੱਚ ਬਣਾਇਆ। ਜਦੋਂ ਫਿਰ ਮੁਸਲਮਾਨ ਸਗੋਂ ਆਏ, ਕਹਿੰਦੇ ਬਾਬਾ ਜੀ ਇਹ ਉਹਨੂੰ ਪੁੱਛਦੇ ਜਦ ਬਣਾ ਰਹੇ ਹਾਂ ਮਸਜਿਦ, ਕਹਿੰਦੇ ਕਿ ਇਹਦਾ ਤੁਸੀਂ ਜੱਟਾਂ ਨੂੰ ਕੀ ਪਤਾ ਹੁੰਦਾ। ਕਹਿੰਦੇ ਉਹਨਾਂ ਪੁੱਛਿਆ ਨਾ ਕੌਣ ਨੇ ਕੌਮ ਦੇ, ਕੌਣ ਨੇ ਜੱਟ ਜਿਵੇਂ ਜੱਟ ਸਿੱਖ ਨੇ ਪੁੱਛੋ, ਅਤੇ ਕਹਿੰਦੇ ਜੱਟਾਂ ਨੂੰ ਕੀ ਪਤਾ ਹੁੰਦਾ। ਉਹਨਾਂ ਕਿਹਾ ਕਿ ਇਹ ਵੇਖਿਆ ਕੰਪਾਸ ਨਾਲ ਧਿਆਨ ਇੱਕ ਇੰਚ ਦਾ ਫਿਰ ਫਰਕ ਨਹੀਂ ਸੀ ਜਦੋਂ ਬਣਾਈ ਮਸਜਿਦ। ਫਿਰ ਉਹਨਾਂ ਨੇ ਕਿਹਾ ਦਰਸ਼ਨ ਹੋ ਜਾਣਗੇ, ਦਰਸ਼ਨ ਕੀਤੇ। ਫਿਰ ਇਹਨਾਂ ਅਖੇ ਜੀ ਸਾਨੂੰ ਦੱਸੋ ਮੰਮਾ ਸਾਹਿਬ ਬਾਰੇ, ਮੰਮਾ ਸਾਹਿਬ ਬਾਰੇ ਭਜਨ ਕਰਨ ਲੱਗ ਪਏ। ਉਹ ਜਿਸ ਚੀਜ਼ ਦੇ ਪਿੱਛੇ ਭਜਨ ਕਰਦੇ ਸੀ ਉਹ ਸਾਹਮਣੇ ਖੜ੍ਹੇ ਹੋ ਜਾਂਦੇ, ਮੰਮਾ ਸਾਹਿਬ ਦੇ ਕਰਦੇ, ਮੰਮਾ ਸਾਹਿਬ 'ਚ ਜੀਜਾ ਸਾਹਿਬ ਦੇ ਜੀਜਾ ਸਾਹਿਬ ਖੜ੍ਹੇ ਹੁੰਦੇ, ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਖੜ੍ਹੇ ਹੋ ਜਾਂਦੇ ਸੀ। ਗੁਰੂ ਯਾਨੀ ਕਿ ਉਹ ਐਂ ਲੱਗਦਾ ਸੀ ਵੀ ਆਪ ਹੀ ਭਜਨ ਕਰਦੇ ਹੁੰਦੇ ਨੇ, ਉਹਨਾਂ ਦੇ ਹੁਕਮ ਵਿੱਚ ਹੀ ਚੱਲ ਰਹੀ ਸਾਰਾ ਕੁਛ, ਉਹਨਾਂ ਦੇ ਮਿਹਰ ਦੇ ਸਦਕਾ। ਅਤੇ ਅੱਜ ਵੀ ਉਹਨਾਂ ਦੀ ਮਿਹਰ ਅਤੇ ਲਾਈਟ ਉਹਨਾਂ ਦੇ ਕੰਮ ਕਰ ਰਹੀ ਹੈ, ਅਤੇ ਹੁਣ ਉਸ ਤਰ੍ਹਾਂ ਹੀ ਕਿਰਪਾ ਨਾਲ ਸਾਰਾ ਡੇਰੇ ਚੱਲਦੇ ਪਏ ਨੇ, ਅਤੇ ਸਾਰੀਆਂ ਸੰਗਤਾਂ ਆਵਾਜਾਈ ਲੱਗੀ ਰਹਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੋਬਿੰਦ ਸਦਨ ਹੈ, ਸਾਡੇ ਨਾਲ ਮੈਡਮ ਮੈਰੀ ਜੀ ਹੈ ਜੋ ਅਮੈਰੀਕਾ ਦੇ ਵਿੱਚ ਸੀਗੇ, ਪਰ ਸਦਨ ਨੂੰ ਲਈ ਆਪਣੀ ਪੂਰੀ ਜ਼ਿੰਦਗੀ ਛੱਡ ਕੇ ਸੇਵਾ ਲਈ ਗੁਰੂ ਦੇ ਚਰਨ 'ਚ ਆ ਗਏ। ਪੁੱਛਦੇ ਉਹਨਾਂ ਨੂੰ ਵਾਸਤੇ ਸਦਨ ਬਾਰੇ। ਮੈਰੀ ਜੀ, ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਰੀ ਜੀ, ਆਪ ਅਮੈਰੀਕਾ ਸੇ ਇਤਨੇ ਅੱਛੇ ਦੇਸ਼ 'ਚ ਛੋੜ ਕੇ ਇਸ ਦੇਸ਼ ਮੇ ਆਏ, ਕਿਆ ਕਿਆ ਸੋਚ ਕੇ ਆਏ ਆਪ?
पहला आप मत सोच लो कि अमेरिका अच्छा है कि हिंदुस्तान खराब है। मैंने बहुत अच्छा लग रहा इतने रहना, 30 साल हो गए सी इतने गोबन चांद विच रहना, मैंने स्वर्ग लगता है। बहुत सारे लोग अमेरिका को जाना कोशिश कर रहे, मैं उन्होंने पूछ रही सर क्यों, क्यों इन अच्छा देश इना अच्छा पूरे चीज धर्म वाले जगह अनुसार के उठे जान वास्ते, मैंने बहुत स्वर्ग लगता है। मैरी जी कितने साल इतने हो गए आपको इंडिया आए हुए? 30 साल हो गए सी महाराज मेरे देना, तो मेरे पास बहुत अच्छा परिवार है उठे अमरीका बिच, पर महाराज बाबा वीर सिंह जी ने मैनू इतने बलाई सन सेवा करने वास्ते, उससे पहले मैनू मिलके मेरे जीवन में बच गया सी, मैं मारिया सन कोई हस्पताल बिच उठे, महाराज उसका आगामी रूप में आए सन जब मेरी उम्र सी 30 साल का, हूँ मेरे 77 साल का हो गया सी। अच्छा। उसका मेरे नाम तो इतने रहना एक बहुत अच्छा मुख सानू दिता सी सेवा दा। गुरु ग्रंथ साहब का सुनहरा के मुताबिक, गुरु नानक देव जी का सुनहरा के मुताबिक, ऐसी सारी मछली हैं वो ही समुद्र विच, तो गुरु नानक देव जी ने कहा कि ऐसी रब नू याद करना प्यार देना जिस तरह समुद्र विच मछली प्यार नाल रह रहे हैं, तो जितना डूंगा पानी होएगा इतना खुशी मछली हैं, तो इतने बहुत डूंगा ओशन है धर्म का। और मैडम जी जदों तुसी इत्थे आए, इत्थे मस्जिद भी है, गुरुद्वारा भी है, चर्च भी है और मंदिर भी है, सब कुछ है, तो जब आप इधर आए थे तो अजीब सा लगा होगा कि सारे धर्मों की एक ही जोत में परो के बाबा बिरसा सिंह जी इत्थे इस जगह नु पाग लग गए। ये नेचुरल चीज़ है, रब सानू अलग अलग नहीं बनाए सन, ऐसी सारे इंसान हैं, थे कोई लोग रब नू एक रास्ते से मिल रहे हैं, कोई लोग दूसरा रास्ते से रब नू मिल रहे हैं, पर पॉइंट है रब को पहुँचना, रब नज़दीक समझना, थे ये बिल्कुल नेचुरल चीज़ है। ऐसी बड़ा खुशी ना उठे सारे मुसलमान वाले दिन बना रहे हैं, सारी हिंदू दिन बना रहे हैं, सारी सिख का दिन बना रहे हैं, क्रिश्चन का क्रिसमस विच, आप समझ कर सकते हो हजारों लोग इतने आ रहे हैं जीसस का जन्मदिन बनाने वास्ते, तो सेम खुशी नाल सेम धूमधाम नाल ऐसी सारे पैगंबरान का दिन बना रहे हैं। ਕਿਹੜੇ ਕਿਹੜੇ ਟਰੱਸਟ ਵਿੱਚ ਕਿਹੜੇ ਕਿਹੜੇ ਲੋਕ ਜੁੜੇ? ਇਸ ਤਰ੍ਹਾਂ ਸੀ ਵੀ ਮਹਾਰਾਜ ਸਾਹਿਬ ਬਾਬਾ ਬਿਰਸਾ ਸਿੰਘ ਜੀ ਨੇ ਆਪਣੇ ਹੁੰਦੇ ਹੀ ਲਾਈਫ ਦੇ ਵਿੱਚ ਉਹਨਾਂ ਨੇ ਕਮੇਟੀ ਬਣਾ ਦਿੱਤੀ ਸੀ ਵੀ ਅੱਗੇ ਵਾਸਤੇ ਸਪਿਰਚੁਅਲ ਤਾਂ ਉਹਨਾਂ ਨੂੰ ਉਹਨਾਂ ਦੀ ਅਧਿਆਤਮਿਕ ਸ਼ਕਤੀ ਤਾਂ ਮੇਰੇ 'ਤੇ ਸਿਰ ਤੇ ਹੱਥ ਰੱਖਦਾ ਅਤੇ ਮੈਰੀ ਭੈਣ ਪੇਸ਼ ਜਿਹੜੀ ਮੈਨੇਜਮੈਂਟ ਹੁਣ ਕੰਮ ਤਾਂ ਦੇ ਸਾਰੇ ਚਲਾਉਣੇ ਨੇ, ਡੇਰੇ ਦੇ ਸੌ ਸਮਾਨ ਲੈਣਾ ਦੇਣਾ ਚੀਜ਼ਾਂ ਕਰਨੀਆਂ ਜ਼ਮੀਨਾਂ ਸੰਭਾਲਣੀਆਂ, ਉਹ ਇੱਕ ਕਮੇਟੀ ਬਣਾ ਦਿੱਤੀ ਸੀ, ਉਹ ਕਮੇਟੀ ਹੀ ਬਾਅਦ ਟਰੱਸਟ ਬਣ ਗਿਆ, ਟਰੱਸਟ ਦੇ ਨੇ ਹੁਣ ਅੱਜ ਕੱਲ੍ਹ ਉਹ ਟਰੱਸਟ ਹੀ ਚਲਾ ਰਿਹਾ ਹੈ, 2007 ਦੇ ਵਿੱਚ ਮਹਾਰਾਜ ਸਾਹਿਬ ਨੇ ਉਹਲਾ ਕੀਤਾ, 2008 ਤੋਂ ਲੈ ਕੇ ਟਰੱਸਟ ਹੀ ਸਾਰਾ ਦੇਖ ਰੇਖ ਕਰ ਰਿਹਾ, ਉਹਦੇ ਵਿੱਚ ਇਹ ਨਹੀਂ ਵੀ ਆ ਹਿੰਦੂ ਹੈ ਜਾਂ ਮੁਸਲਮਾਨ ਹੈ, ਸਾਰੇ ਧਰਮਾਂ ਦੇ ਲੋਕ ਟਰੱਸਟ ਹੀ ਨੇ। ਅਤੇ ਬਾਕੀ ਦੂਜੀ ਗੱਲ ਇੱਥੇ ਇਹ ਚੀਜ਼ ਜਿਵੇਂ ਹੁਣ ਮੈਰੀ ਪੈਟ ਫਿਸ਼ਰ ਉੱਤੇ ਫੋਰਨਰ ਉਹ ਆਈ ਜਦੋਂ ਉਹ ਆਪਣਾ ਉਹਦੇ ਕਿਤਾਬਾਂ ਲਿਖਣ ਵਾਲੀ ਸੀ ਜਾਂ ਬੜੇ ਸਰਚ ਕਰਨ ਵਾਲੇ ਸੀ, ਉਹਨਾਂ ਨੂੰ ਦੇਖ ਲਓ ਕਿ ਉਹ ਜਿਉਂ ਆਈ ਅਤੇ ਵਿਚਾਰੀ
आज तक इंटरव्यू लैन से महाराज साहब बाबा विरसा सिंह तो इतें ही रह गई उ फार्म से भी खेती नाल वर्क भी नाल करते जी तो नाल इस तरह जिमें जड़ा मियाँ उत्थे बिठाया हाला मालीगिरी का काम करता सा हूँ वो इन्ना जानता हर सारे धर्मां गुरु गोबिंद सिंह बारे बड़े हूँ पूछ लो गोबिंद सिंह बारे पूछ लो जनू पूछ लो अपना किसी दूजे धर्म बारे इधर जापानी लोग आते हैं रशियन आ रहे हैं वो सगो पंजाबी सिख सिख के तो इतों के धर्म बारे कहें कि अपना इतने तो बड़ा दुनिया में यह जी चीज़ नहीं गई हमन हो रहे हैं समग्रियाँ पै रही ने घ्यो कई कई पीपे घ्यो पाई जाता है वो उन्होंने मेहर है जोत जगद एक एक देवी देवता एक एक जोत ना खड़ा है किनिया जोत हजारा तक जोत इतने जगद जी आ जोत है ये वीडी जोत है अपने हमन की यही अपने अंदर जोत है ये अंदर जोत जगती है जोत जो बुझ जाती बंदा डेड हो जाता जोत ही सारा जोड़िया वह कनैक्शन महाराज बाबा विरसा सिंह गुरु ग्रंथ साहब में बड़ा बड़ा सत्कार चौबी घंटे से पाठ हों खंड पाठ चलते ही रेंगे ने तो बाणी तो बाहर महाराज बाबा विरसा सिंह चाहते भी सब भगतों की बाणी नामदेव जी कृष्ण महाराज जी सब की लिखी बाणी और बाणी के तुका नाल वो बाबा विरसा सिंह मिशन चलाते बंदियों मेहर करते वाहिगुरु जी का खालसा वाहिगुरु जी की फतेह ਹਾਂਜੀ ਭੈਣ ਜੀ ਤੁਹਾਡਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੀਬੀ ਰਵਿੰਦਰ ਕੌਰ ਹੈ ਜੀ ਮੌਜੂਦਾ ਗੋਬਿੰਦ ਸਰਨ ਤੋਂ ਬੋਲ ਰਹੀ ਹਾਂ ਜੀ ਔਰ ਇੱਥੇ ਸਾਨੂੰ ਮਹਾਰਾਜ ਜੀ ਨੇ ਰੱਖਿਆ ਸਾਰੀ ਜ਼ਿੰਦਗੀ ਮਤਲਬ ਲੱਗ ਗਈ ਇੱਥੇ ਪੂਰੀ ਲਾਈਫ ਛੋਟੇ ਛੋਟੇ ਬੱਚੇ ਸੀ ਉਦੋਂ ਹੁਣ ਬੱਚੇ ਕੈਨੇਡਾ ਅਮਰੀਕਾ ਸਭ ਕੁਛ ਮਿਲਿਆ ਸਭ ਕੁਛ ਮਿਲਿਆ ਮਹਾਰਾਜ ਜੀ ਦੇ ਚਰਨਾਂ ਵਿੱਚ ਜ਼ਬਰਦਸਤੀ ਰੱਖਿਆ ਸੀ ਜੀ ਔਰ ਸਾਡੇ ਸਾਰਾ ਕੁਛ ਸਾਡੇ ਸਹੁਰਾ ਸਾਹਿਬ ਦੀ ਵਿਰਾਸਤ ਵਿੱਚ ਆਇਆ ਹੈ ਸਾਨੂੰ ਸਹੁਰਾ ਸਾਹਿਬ ਦੇ ਕਰਕੇ ਅਸੀਂ ਇਸ ਲਾਈਨ 'ਚ ਲੱਗੇ ਹਾਂ ਔਰ ਮਹਾਰਾਜ ਜੀ ਤੇ ਬਹੁਤ ਗ੍ਰੇਟਨੈਸ ਸੀ ਕਿ ਸਾਰਿਆਂ ਧਰਮਾਂ ਨੂੰ ਮੰਨਿਆ ਉਹਨਾਂ ਨੇ ਵਾਸਤਵ ਵਿੱਚ ਹੀ ਮੰਨਿਆ ਔਰ ਗ੍ਰੇਟ ਔਰ ਜਾਪ ਸਾਹਿਬ ਨੂੰ ਪੂਰੀ ਦੁਨੀਆਂ ਵਿੱਚ ਫੈਲਾਇਆ ਔਰ ਬਾਬਾ ਸ੍ਰੀ ਜਨਮਾਂ ਜਨਮਾਂ ਦੀ ਭਗਤੀ ਹੁੰਦੀ ਆ ਸਾਡੇ ਸਹੁਰਾ ਸਾਹਿਬ ਦੀ ਕਹਿੰਦੇ ਸੀ 70 ਜਨਮ ਤੋਂ ਮੈਂ ਆ ਰਿਹਾ ਮਹਾਰਾਜ ਜੀ ਨਾਲ ਬਾਬਾ ਵਿਰਸਾ ਸਿੰਘ ਜੀ ਨਾਲ ਤੇ ਬਾਬਾ ਸ੍ਰੀ ਚੰਦ ਜੀ ਦਾ ਇਹ ਹੈ ਮਤਲਬ ਆਸ਼ਰਮ ਜਾਂ ਡੇਰਾ ਬਹੁਤ ਵੱਡਾ ਮਹਾਰਾਜ ਜੀ ਨੇ ਬਣਾਇਆ ਔਰ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀ ਜਨਮਾਂ ਜਨਮਾਂ ਦੀ ਭਗਤੀ ਹੁੰਦੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬੇਟੇ ਪੈਗੰਬਰ ਦੇ ਬੇਟੇ ਪੁੱਤਰ ਸਨ ਤੇ ਉਹ ਕੋਈ ਛੋਟੀ ਮੋਟੀ ਗੱਲ ਥੋੜ੍ਹਾ ਸੀ ਬਾਬਾ ਸ੍ਰੀ ਚੰਦ ਜੀ ਜਦੋਂ ਜਦੋਂ ਜਨਮ ਹੋਇਆ ਸੀਗਾ ਉਹ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੁਲਤਾਨਪੁਰ ਲੋਧੀ ਪੰਜਾਬ ਵਿੱਚ ਹੋਇਆ ਸੀ ਔਰ ਜਦੋਂ ਉਹਨਾਂ ਦੇ ਜਨਮ ਹੋਇਆ ਤੇ ਉਹਨਾਂ ਦੇ ਕੰਨਾਂ ਵਿੱਚ ਮਾਸ ਦੀ ਮੁੰਦਰਾ ਸੀ ਔਰ ਕੁਦਰਤੀ ਬਗੁੱਤੀ ਮਲੀ ਹੋਈ ਸੀ ਔਰ ਉਸ ਸੁਲਤਾਨਪੁਰ ਲੋਧੀ ਵਿੱਚ ਚਰਚਾ ਹੋਣ ਲੱਗ ਪਈ ਕਿ ਸੁਲਤਾਨਪੁਰ ਵਿੱਚ ਇੱਕ ਪੈਗੰਬਰ ਆਇਆ ਹੈ ਇੱਕ ਵਿਸ਼ਨੂੰ ਦਾ ਅਵਤਾਰ ਹੋਇਆ ਹੈ ਔਰ ਪੂਰੀ ਬਾਬਾ ਸੁਲਤਾਨਪੁਰ ਲੋਧੀ ਵਿੱਚ ਸਾਰੇ ਉਸ ਮਤਲਬ ਸਾਰੀ ਚਰਚਾ ਹੋਣ ਲੱਗੀ ਬਾਬਾ ਸ੍ਰੀ ਚੰਦ ਬਾਰੇ ਔਰ ਮਹਿਤਾ ਕਾਲੂ ਜੀ ਸਭ ਲੋਕਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਰਹੇ ਸਨ ਔਰ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਕਾਨੂੰ ਗੋ ਪਟਵਾਰੀ ਸਭ ਹੈਰਾਨ ਹੋਏ ਸੀ ਕਿ ਅੱਜ ਕਾਲੂ ਜੀ ਨੂੰ ਇੰਨੀ ਦਲੇਰੀ ਕਿੱਥੋਂ ਆ ਗਈ ਸੀ ਪਰ ਜਿਨ੍ਹਾਂ ਦੀ ਅੱਖ ਵੇਖਣ ਵਾਲੀ ਸੀ ਕਿਉਂਕਿ ਦੁਨੀਆਂ ਦਾ ਜਿਹੜਾ ਇੱਕ ਭੋਲਾ ਭੰਡਾਰ ਸੀ ਦੁਨੀਆਂ ਨੂੰ ਸੰਸਾਰ ਨੂੰ ਖਵਾਉਣ ਵਾਲਾ ਇੱਕ ਉਹਨਾਂ ਦੇ ਘਰ ਪੈਦਾ ਹੋਇਆ ਸੀ ਉਹ ਇੱਕ ਆਪਣੀ ਸ਼ਕਤੀ ਨਾਲ ਔਰ ਆਪਣੇ ਪਿਤਾ ਕਾਲੂ ਜੀ ਦੀ ਉਹਨਾਂ ਨੂੰ ਦਲੇਰੀ ਦੇ ਕੇ ਲੋਕਾਂ ਨੂੰ ਦੁਆਵਾਂ ਦੇ ਰਹੇ ਸਨ